ਟੀਮ ਨੂੰ ਪਤਾ ਲੱਗਿਆ ਸੀ ਕਿ ਇੱਥੇ ਅਨਰਜਿਸਟਰਡ ਸਾਨੂੰ ਕਿਸੇ ਨੇ ਦੱਸਿਆ ਸੀਗਾ ਕਿ ਇੱਥੇ ਸਕੈਨ ਹੋ ਰਹੇ ਹੈ, ਮੁੰਡਾ ਕੁੜੀ ਟੈਸਟ ਹੋ ਰਹੇ ਹੈ। ਸੋ ਅਸੀਂ ਇੱਕ ਬਹੁਤ ਕੇਅਰਫੁਲੀ ਪਲੈਨਡ ਸਟਿੰਗ ਓਪਰੇਸ਼ਨ ਜਿਹੜਾ ਹੈਗਾ ਉਹ ਕਰਕੇ ਇੱਕ ਆਪਣਾ ਪੇਸ਼ੈਂਟ ਲਿਆਉਂਦਾ ਹੈਗਾ, ਡਿਕੋਏ ਪੇਸ਼ੈਂਟ ਜਿਹੜੀ ਗਰਭਵਤੀ ਸੀ, ਅਤੇ ਉਹ ਇਹਨਾਂ ਨੂੰ ਪਹਿਲਾਂ ਪੈਸੇ ਦਿੱਤੇ ਗਏ ਜਿਹੜੇ ਨੰਬਰਡ ਕਰੰਸੀ ਸੀਗੀ, ਉਸ ਹਿਸਾਬ ਨਾਲ ਉਹ ਵੀ ਇਹਨਾਂ ਕੋਲ ਰਿਕਵਰ ਹੋਈ ਹੈ। ਇਹ ਮਸ਼ੀਨ ਇਹਨਾਂ ਨੇ 4.5 ਲੱਖ ਦੀ ਜੋ ਇਹਨਾਂ ਨੇ ਸਾਨੂੰ ਦੱਸਿਆ ਹੈਗਾ ਇਹਨਾਂ ਨੇ ਦਿੱਲੀ ਤੋਂ ਖਰੀਦੀ ਹੈ। ਮਸ਼ੀਨ ਚੱਲਦੀ ਹੈ ਅਤੇ ਵਰਕਿੰਗ ਹੈ, ਅਤੇ ਜਦੋਂ ਕਰ ਰਹੇ ਸੀਗੇ ਤਾਂ ਇਹ ਮਸ਼ੀਨ ਵਰਕਿੰਗ ਸੀਗੀ। ਇਹਨੇ ਕਾਫੀ ਕੇਸ ਜਿਹੜੇ ਕਰ ਚੁੱਕਿਆ, 42-43 ਦੱਸਦਾ ਵੀ ਕਰ ਚੁੱਕਿਆ, ਹਰੇਕ ਕੇਸ ਦਾ ਕਹਿੰਦਾ ਮੈਂ 12,500 ਰੁਪਈਆ ਲੈ ਰਿਹਾ। ਇਹ ਜਿਹੜੀ ਇੱਕ ਅਨਰਜਿਸਟਰਡ ਮਸ਼ੀਨ ਹੈ, ਜਿਵੇਂ ਕਿ PCPNDT ਦੇ ਐਕਟ ਦੇ ਅੰਡਰ ਕੋਈ ਵੀ ਕਿਤੇ ਵੀ ਕੋਈ ਅਲਟਰਾਸਾਊਂਡ ਸਕੈਨ ਮਸ਼ੀਨ ਜਿਹੜੀ ਹੈ ਉਹ ਅਨਰਜਿਸਟਰਡ ਨਹੀਂ ਹੋਣੀ ਚਾਹੀਦੀ। ਇਹ ਸਾਡੇ DFPO ਨੂੰ ਅਤੇ ਸਾਡੀ ਟੀਮ ਨੂੰ ਪਤਾ ਲੱਗਿਆ ਸੀ ਕਿ ਇੱਥੇ ਅਨਰਜਿਸਟਰਡ ਸਾਨੂੰ ਕਿਸੇ ਨੇ ਦੱਸਿਆ ਸੀਗਾ ਕਿ ਇੱਥੇ ਸਕੈਨ ਹੋ ਰਹੇ ਹੈ, ਮੁੰਡਾ ਕੁੜੀ ਟੈਸਟ ਹੋ ਰਹੇ ਹੈ। ਸੋ ਅਸੀਂ ਇੱਕ ਬਹੁਤ ਕੇਅਰਫੁਲੀ ਪਲੈਨਡ ਸਟਿੰਗ ਓਪਰੇਸ਼ਨ ਜਿਹੜਾ ਹੈਗਾ ਉਹ ਕਰਕੇ ਇੱਕ ਆਪਣਾ ਪੇਸ਼ੈਂਟ ਲਿਆਉਂਦਾ ਹੈਗਾ, ਡਿਕੋਏ ਪੇਸ਼ੈਂਟ ਜਿਹੜੀ ਗਰਭਵਤੀ ਸੀ, ਅਤੇ ਉਹ ਇਹਨਾਂ ਨੂੰ ਪਹਿਲਾਂ ਪੈਸੇ ਦਿੱਤੇ ਗਏ ਜਿਹੜੇ ਨੰਬਰਡ ਕਰੰਸੀ ਸੀਗੀ, ਉਸ ਹਿਸਾਬ ਨਾਲ ਉਹ ਵੀ ਇਹਨਾਂ ਕੋਲ ਰਿਕਵਰ ਹੋਈ ਹੈ। ਅਤੇ ਇਹ ਜਿਹੜੀ ਮਸ਼ੀਨ ਅਨਰਜਿਸਟਰਡ ਅਤੇ ਉਰੇ ਅਲਟਰਾਸਾਊਂਡ ਕਰਦੇ ਪਾਏ ਗਏ ਹੈ, ਅਤੇ ਪੁਲਿਸ ਵੀ ਸਾਡੇ ਨਾਲ ਇਸ ਓਪਰੇਸ਼ਨ ਦੇ ਵਿੱਚ ਸ਼ਾਮਿਲ ਸੀਗੀ। ਅਤੇ ਹੁਣ ਅਸੀਂ ਜਿਹੜੇ SHO ਹੈ, ਜਿਹੜੇ ਕੰਸਰਨਡ ਥਾਣਾ ਹੈ, ਉਹਨਾਂ ਨੂੰ ਬੁਲਾ ਕੇ ਇੱਥੇ ਸਾਰੇ ਇਹਨਾਂ ਦੇ ਬਿਆਨ ਅਤੇ ਸਪੋਟ ਮੀਮੋ ਬਣਾ ਕੇ ਹੁਣ ਜਿਹੜੀ ਫਰਦਰ ਕਾਰਵਾਈ ਹੈਗੀ ਹੈ ਉਹ ਅਸੀਂ ਕੰਪਲੇਂਟ ਕੋਰਟ ਦੇ ਵਿੱਚ ਲੌਂਚ ਕਰਕੇ ਇਹਨਾਂ 'ਤੇ ਫਰਦਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਗੱਲ ਕੀਤੀ ਜਾਵੇ ਕਿਹੜੀ ਮਸ਼ੀਨ ਹੈ ਅਤੇ ਕਿੰਨੇ ਦੇਰ ਤੋਂ ਕੰਮ ਕਰ ਰਹੀ ਹੈ? ਇਹ ਮਸ਼ੀਨ ਜਿਵੇਂ ਤੁਹਾਨੂੰ ਡਾਕਟਰ ਸਾਹਿਬ ਨੇ ਵੀ ਦੱਸਿਆ ਹੈ, ਇਹ ਮਸ਼ੀਨ ਇਹਨਾਂ ਨੇ 4.5 ਲੱਖ ਦੀ ਜੋ ਇਹਨਾਂ ਨੇ ਸਾਨੂੰ ਦੱਸਿਆ ਹੈਗਾ ਇਹਨਾਂ ਨੇ ਦਿੱਲੀ ਤੋਂ ਖਰੀਦੀ ਹੈ, ਅਤੇ ਇਹ ਲੱਗਦਾ ਹੈ ਕਿ ਕੋਈ ਚਾਈਨੀਜ਼ ਮਸ਼ੀਨ ਹੈ, ਬਟ ਇਹ ਜਿਹੜੇ ਐਕਸਪਰਟ ਜਿਹੜੇ ਸਾਡੇ ਰੇਡੀਓਲੋਜਿਸਟ ਹੈ ਉਹ ਵੀ ਆ ਰਹੇ ਹਨ, ਉਹ ਵੀ ਮਸ਼ੀਨ ਦਾ ਸਾਰਾ ਮੁਆਇਨਾ ਕਰਨਗੇ। ਪਰ ਇਹ ਮਸ਼ੀਨ ਚੱਲਦੀ ਹੈ ਅਤੇ ਵਰਕਿੰਗ ਹੈ, ਅਤੇ ਜਦੋਂ ਕਰ ਰਹੇ ਸੀਗੇ ਤਾਂ ਇਹ ਮਸ਼ੀਨ ਵਰਕਿੰਗ ਸੀਗੀ, ਅਤੇ ਅਸੀਂ ਪਹਿਲਾਂ ਵੀ ਟਰਾਈ ਕੀਤਾ ਪਰ ਅੱਜ ਸਕਸੈਸਫੁਲ ਸਾਡਾ ਅੱਜ ਹੋਇਆ ਹੈ। ਕਿੰਨੀ ਦੇਰ ਤੋਂ ਇਹ ਕੰਮ ਕਰ ਰਹੇ ਸੀਗੇ, ਜੇ ਕਿਸੇ ਡਾਕਟਰ ਦੀ ਵੀ ਇਨਵੋਲਵਮੈਂਟ ਹੈਗੀ ਜੀ ਕਿਸੇ ਵਿੱਚ? ਇਹ ਤਾਂ ਹੁਣ ਸਾਰਾ ਅੱਗੇ ਤੋਂ ਪਤਾ ਚੱਲੇਗਾ ਵੀ ਜੇ ਇਹਨਾਂ ਨੂੰ ਜਿਹੜੇ ਮਿਡਲ ਮੈਨ ਹੈ ਜੋ ਨਾਲ ਇਹ ਲਿਆ ਰਿਹਾ ਵੀ ਉਹ ਕਿੱਥੋਂ ਲਿਆ ਰਿਹਾ ਸੀ, ਉਹ ਵੀ ਇੱਕ ਅਸੀਂ ਪਕੜਿਆ ਹੈ ਜੋ ਟਾਊਟ ਜਿਹਨੂੰ ਕਹਿੰਦੇ ਹਾਂ, ਜਿਹਦੇ ਥਰੂ ਮਰੀਜ਼ ਆਉਂਦੇ ਸੀ। ਪਰ ਇਹ ਸਾਰਾ ਹੁਣ ਪੁਲਿਸ ਅੱਗੇ ਦੇਖੇਗੀ ਵੀ ਕਿਸ ਕਿਸ ਦੀ ਇਨਵੋਲਵਮੈਂਟ ਇਹਦੇ ਵਿੱਚ ਹੈਗੀ ਹੈ। ਠੀਕ ਹੈ ਸਰ, ਕੀ ਗੱਲ ਦੇਖੀ ਰੇਟ? ਚੌਂਕੀ ਮਰਾਡੋ ਤੋਂ ਏਸੇ ਹਰਬੰਸ ਸਿੰਘ। ਸਾਨੂੰ ਪਤਾ ਲੱਗਿਆ ਜੀ ਵੀ ਡਾਕਟਰ ਸਾਹਿਬ ਇੱਥੇ ਰੇਡ ਕਰ ਰਹੇ ਆ, ਕਰਨ ਸਨ ਆਫ ਮਹੱਲਾ ਸ਼ਹੀਦ ਕਰਨੈਲ ਸਿੰਘ ਨਗਰ ਗਲੀ ਨੰਬਰ 3 ਵੀ ਸਕੈਨ ਕਰਕੇ ਲੋਕਾਂ ਦੇ ਲਿੰਗ ਦੇ ਟੈਸਟ ਕਰਦੇ ਆ ਵੀ ਅੰਦਰ ਮੁੰਡਾ ਜਾਂ ਕੁੜੀ ਆ। ਉਸ ਸੰਬੰਧ ਦੇ ਵਿੱਚ ਬੁਲਾਇਆ ਸੀ, ਰੇਡ ਕੀਤਾ, ਘਰੋਂ ਪੈਸੇ ਰਿਕਵਰ ਹੋਏ ਆ, ਮਸ਼ੀਨਾਂ ਰਿਕਵਰ ਹੋਈਆਂ ਉਹਨਾਂ ਦੇ ਘਰ। ਇਹਨੇ ਕਾਫੀ ਕੇਸ ਜਿਹੜੇ ਕਰ ਚੁੱਕਿਆ, 42-43 ਦੱਸਦਾ ਵੀ ਕਰ ਚੁੱਕਿਆ, ਹਰੇਕ ਕੇਸ ਦਾ ਕਹਿੰਦਾ ਮੈਂ 12,500 ਰੁਪਈਆ ਲੈ ਰਿਹਾ, ਅਤੇ ਕੁਛ ਪੈਸੇ ਵੀ ਰਿਕਵਰ ਹੋਏ ਇਹਦੇ ਕੋਲੋਂ, ਅਤੇ ਜੋ ਬਣਦੀ ਕਾਰਵਾਈ ਕੀਤੀ ਜਾਏਗੀ।